ਦੂਜੇ ਪਾਸੇ ਉੱਤਮ ਪਹਿਲਵਾਨ ਚੁੱਪੀ ਇਹ ਜਿਹੜੀ ਮਾਲੀ ਹੈ ਬੀਡੀਸੀ ਚੇਅਰਮੈਨ ਸ਼੍ਰੀ ਬਲਵੰਤ ਸਿੰਘ ਜੀ ਜਿਹਨਾਂ ਆਸ਼ੀਰਵਾਦ ਵੀ ਦਿੱਤਾ ਹੈ ਕਿ ਉਹਦੀ ਤਰਫਾ ਜਿਹੜੀ ਕੁਸ਼ਤੀ ਚੱਲੀ ਹੈ ਪਹਿਲਵਾਨੋ ਹੱਥ ਮਿਲਾਓ ਕੁਸ਼ਤੀ ਸ਼ੁਰੂ ਕਰੋ ਬੰਦੇ ਸੂਝ ਬਾਣ ਤੋਂ ਬਿਨਾ ਕਿ ਕਦੇ ਵੀ ਨਾ ਚੱਲਣ ਹੱਡੀਆਂ ਮਿੱਠੀ ਤਸਕੁੰਜੀ ਦੀ ਜਵਾਨ ਤੋਂ ਬਿਨਾ ਇੱਜ਼ਤਾਂ ਦੇ ਪੱਟੇ ਜੋ ਪੈਸੇ ਮਿਲਦੇ ਦੇਣੇ ਵੀ ਨਾ ਜਾਈਏ ਐਸੇ ਕੰਮ ਧੰਦੇ ਦੇ ਨਾ ਕਿ ਜੋ ਧੀ ਕੋ ਨਿਕਲ ਧਵਾਵੇ ਸਿੱਧੇ ਨੂੰ ਇਹੋ ਜਿਹੇ ਸਿਆਲਾ ਕੱਟਦੇ ਨੇ ਕਿ ਨਾ ਕਿ ਜੋ ਧੀ ਕੋ ਨਿਕਲ ਧਵਾਵੇ ਸਿੱਧੇ ਨੂੰ ਇਹੋ ਜਿਹੇ ਸਿਆਲਾ ਕੱਟਦੇ ਜਰਨੈਲ ਭਰਾ ਤਿਆਰ ਵਜੇ ਹੋ ਜਾਏ ਤੇ ਨਾਲ ਸਲਮਾਨ
ਬੋਲੀ 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 ਆਵੇ ਬੋਲੀ ਸਲਮਾਨ ਫਿਲਮਾਂ ਵਾਲਾ ਸਲਮਾਨ ਆ ਤੇ ਇੱਕ ਸਲਮਾਨ ਸਾਡਾ ਭਰਾ ਚੋਪੜਾ ਸ਼ਾਹ ਦੀ ਆਣ ਦੀ ਸ਼ਾਨ ਕਹਿਣੀਏ ਆਸ ਦੇ ਸਲਮਾਨ ਮੈਦਾਨ ਦੇ ਵਿੱਚ ਪੈਦਾ ਕਰੀਏ ਵੱਡੀਆਂ ਮੰਨੀਆਂ ਮਾਰੀਆਂ ਭਰਾ ਨੇ ਹਿਮਾਚਲ ਦੇ ਵਿੱਚ ਐਤਕੀ ਕਹਿ ਲਈਏ ਬਈ ਐਨ ਪੂਰੀ ਤੂਤੀ ਬੁਲਾਈ ਆ ਕਹਿ ਲਈਏ ਬਈ ਗੁਰਜ ਦੇ ਨਾਲ 1000 ਦੇ ਨਾਲ ਸਨਮਾਨਿਤ ਕੀਤਾ ਗਿਆ ਬੜੀ ਪਿਆਰੀ ਤੁਲਨੀ ਆ ਭਰਾ ਦੀ ਰਾਜਵਾ ਸਲਮਾਨ ਭਰਾ ਨੇ ਵੀ ਕਹਿ ਰਹੀ ਹੈ ਬਈ ਪਿੰਡ ਚੰਗਰ ਦੀ ਧਰਤੀ ਦੇ ਹਿਮਾਚਲ ਦੇ ਵਿੱਚ ਬਾਬੇ ਬਾਲਕ ਨਾਥ ਦੇ ਲਾਗੇ ਇਸ ਗੱਭਰੂ ਨੇ 21,000 ਦੇ ਨਾਲ ਗੁਰਜ ਆਪਣੇ ਨਾਮ ਕੀਤਾ ਕਹਿ ਰਹੀ ਹੈ ਚਾਰ ਕੁਰਸੀਆਂ ਕਾਂਡਾ ਕੁੱਲ ਕੇ ਤੇ ਪੰਜਵੀਂ ਪਾਲੀ ਦੀ ਕੁਰਸੀ ਕੁੱਲ ਕੇ ਇਸ ਗੱਭਰੂ ਨੇ ਗੁਰਜ ਆਪਣੇ ਨਾਮ ਕਮੇਟੀਆਂ ਨੇ ਪਾਲੀ ਤ੍ਰੀ ਆ ਜੇ ਛਡਾਣੀ ਕੁਛ ਬੋਲਾ ਤਾਂ ਬੈਠੇ ਦਾ ਪੁੱਛਣਾ ਛਡਾਣੀ ਕਿ ਨਹੀਂ ਆਓ ਜੀ ਬੋਲਾ ਛਡਾਣੀ ਚਲੋ ਭਾਈ ਚਾਹੀਦੀ ਹੈ ਗੁਰੂ ਉਦੋਂ ਬੋਲਾ ਛਡਾਣੀ ਨੂੰ ਸੁਣਾਓ ਨਾ ਆਓ ਵਾਹ ਜੀ ਇੱਕ ਜਾਨਗਿਰੀ ਫੁੱਟ ਹੋਵੇਗੀ ਅੱਜ ਦੀ 3 ਨੰਬਰ ਦੀ ਝੰਡੀ ਕਹਿੰਦੀ
ਇਹ 50 ਡਿਗਰੀ ਫੁੱਟ ਕੈਮਰੇ ਦੇ ਵਿੱਚ ਕੈਦ ਹੋਵੇਗੀ। ਵਾਹ ਜੀ ਵਾਹ, ਅੱਜ ਦੀ ਕਹਿਣੀ ਭਾਈ ਲੰਬੇ ਖੜਾ ਕਰਕੇ ਚਲਾਗਾ ਟੈਗਵਰ। ਸਲਮਾਨ ਪਹਿਲਵਾਨ ਚੋਪੜਾ ਸਾਹਿਬ ਕਾਲਾ ਚਾਂਗੀਆ ਪਰਿਵਾਰ ਦੇ ਹੱਥ ਉੱਪਰ ਕਰੋ। ਇਹ ਤੁਹਾਡੇ ਚੋਪੜਾ ਸਾਹਿਬ ਦਾ ਪਰਿਵਾਰ ਸਲਮਾਨ ਭਾਈ ਜਰਨੈਲ ਪਹਿਲਵਾਨ ਰਿਆਸੀ ਕਾਲਾ ਚਾਂਗੀਆ। ਇਹ ਪਹਿਲਵਾਨ ਜਿਹੜਾ ਜਰਨੈਲ ਸਿੰਘ ਇਹ ਅਸੀਂ ਅੰਡਿਆਂ 'ਚ ਗਏ ਪ੍ਰੈਕਟਿਸ ਕਰਦੇ ਨੇ। ਉਹ ਪਿਛਲੇ ਦਿਨਾਂ ਦੇਖਿਆ ਹੋਣਾ ਯੂਟਿਊਬ 'ਚ, ਖਾਸ ਕਰੀਏ ਹਿਮਾਚਲ 'ਚ ਨਾ ਬਹੁਤ ਹੀ ਵਧੀਆ ਕੁਸ਼ਤੀਆਂ ਕੀਤੀਆਂ ਨੇ। ਮਾਲੀ ਤਰੀ ਹੱਥ ਮਿਲਾਓ, ਤੁਸੀਂ ਸ਼ੁਰੂ ਕਰੋ। ਵਾਹ ਜੀ ਵਾਹ, ਅੱਜ ਦੀ ਕਹਿੰਦੀ ਮੈਂ 3 ਨੰਬਰ ਦੀ ਝੰਡੀ ਕਹਿੰਦੀ ਹੈ ਕਿ ਐਲਫਾ ਕਰਨਾ ਜਲਵਾ ਛੇਤੀ ਮੂਹਰੇ ਸ਼ਕਲਾਂ ਆਉਣਗੀਆਂ, ਤੇ ਐਲਫਾ ਕਰਨਾ ਜਲਵਾ ਛੇਤੀ ਮੂਹਰੇ ਸ਼ਕਲਾਂ ਆਉਣਗੀਆਂ। ਉਹ ਪੈਰ ਘਸਾਈ ਜਾਂਦੇ ਹੋ ਦੱਸ ਦੱਸ ਕੇ ਅਸਲਾਂ ਆਉਣਗੀਆਂ। ਰੋਟੀਆਂ ਪ੍ਰਬੰਧ ਮੇਰਾ ਪਰ ਕਿਹੜੀਆਂ ਜੂਸ ਰੋਟੀ ਨਹੀਂ ਮੈਂ ਧਿਆਨ ਦਿਆ ਬਾਈ ਜੂਸ ਵਾਲੀ ਰੋਟੀ ਹੁੰਦੀ ਦੱਸੋ ਸਾਰੀਆਂ ਜੀ ਇੱਧਰ ਵੀ ਬੰਦੇ ਡਿਮਾਂਡ ਕਰਦੇ ਕਹਿੰਦੇ ਕੋਈ ਬਹੁਤ
ਆਓ ਤੁਸੀਂ ਸ਼ੀਰਮਾ ਚਲਾਉਣੇ ਆ ਅਨੂਪ ਕਰਮਨ ਅਜੇ ਸਟੇਜ ਦੇ ਸਾਹਮਣੇ ਔਰ ਅਜੇ ਸ਼ਰਮਾ ਤੁਹਾਡੇ ਉਹਦੇ ਪ੍ਰਤੀ ਸ਼ਾਨ ਹੈ ਅਜੇ ਸ਼ਰਮਾ ਹੁਣ ਮੈਂ ਲੱਗਣ ਪਾਵਰ ਹਾਊਸ ਨੇ ਆਖਣਾ ਲੱਗਣ ਪਾਵਰ ਹਾਊਸ ਕੋਈ ਸ਼ੱਕ ਨਹੀਂ ਹੈ ਹਿਮਾਚਲ ਦੇ ਵਿੱਚ ਵੀ ਚੁੱਕੀ ਬੋਲਦੀ ਹੈ ਪੰਜਾਬ ਦੇ ਵਿੱਚ ਵੀ ਝੰਡੇ ਗੱਡੇ ਜਾ ਕੇ ਸਿੱਖਰੂ ਨੇ ਭਾਈ ਤਾੜੀ ਤਾਂ ਬਣਦੀ ਆ ਵਾਹ ਜੀ ਵਾਹ ਅਜੇ ਸ਼ਰਮਾ ਨੇ ਵਾਕਈ ਜਿੱਥੇ ਜਾਂਦਾ ਹੈ ਸਿਰੇ ਤੋਂ ਹੋ ਕੇ ਆਉਂਦਾ ਸਾਡੇ ਵਿੱਚ ਚੌਕੀ ਵੀ ਸਰ ਰੌਂਡ ਵੇਲ ਪਲੀਜ਼ ਸਰ ਇੱਕ ਮਿੰਟ ਆਓ